ਸ਼ਰਮ ਕਰ ਲੋ ਸ਼ਰਮ, ਇੱਕ ਘਰ ਤਾਂ ਨਾ ਡੈਨ ਵੀ ਛੱਡ ਦਿੰਦੀ ਆ। ਹੈ ਆ ਤੂੰ ਕੀ ਕਹਿਣੀ ਪਈ ਐ? ਤਾਂ ਕਿਹੜੀ ਤੇਰੀ ਭਾਬੀ ਤੇ ਕਿਹੜੀਆਂ ਆਸ਼ਕੀਆਂ, ਕੀ ਕਰਤਾ ਦੀਪੂ ਨੇ, ਮੈਨੂੰ ਖੁੱਲ ਕੇ ਦੱਸ ਜਰਾ। ਉਹ ਪ੍ਰੀਤ ਜਿਹੜੇ ਰਾਹ ਤੇ ਤੁਰ ਪਈ ਐ ਨਾ, ਉਹ ਰਾਹ ਤੇ ਬਦਨਾਮੀਆਂ ਹੀ ਨੇ, ਉੱਥੇ ਜਾ ਕੇ ਬੰਦਾ ਘੱਟ ਹੀ ਸੁਧਰਦਾ। ਮੈਂ ਤਾਂ ਦਿਲ ਕਰਦਾ ਜਾਂ ਤਾਂ ਮੈਂ ਪ੍ਰੀਤ ਨੂੰ ਮਾਰ ਜਾ ਜਾਂ ਆਪਣੇ ਆਪ ਨੂੰ ਮਾਰ ਲਵਾਂ। ਹਾਂਜੀ ਭੈਣ ਜੀ, ਤੁਸੀਂ ਕਹਿੰਦੇ ਸੀ ਤੁਹਾਡੀ ਧੀ ਦੀ ਕਰਤੂਤ ਦੱਸਣੀ ਆ, ਤੁਹਾਨੂੰ ਪਤਾ ਵੀ ਹੈ ਕਰਤੂਤ ਦਾ ਮਤਲਬ ਹੁੰਦਾ ਹੈ ਕੀ ਆ? ਜੇ ਉਹਨੇ ਇਹੋ ਜੀ ਕੋਈ ਗਲਤੀ ਕੀਤੀ ਏ ਤਾਂ ਹੀ ਮੈਂ ਕਰਤੂਤ ਦੱਸੀ ਏ, ਨੀ ਮੈਨੂੰ ਕੀ ਲੋੜ ਸੀ ਦੱਸਣ ਦੀ? ਮਾਫੀ ਜੀ, ਮੈਂ ਮੰਮੀ ਨੂੰ ਕਿਹਾ ਸੀ ਵੀ ਤੁਸੀਂ ਇਕੱਲੇ ਚੱਲ ਜਾਓ, ਮੰਮੀ ਕਹਿੰਦੇ ਤੁਸੀਂ ਔਖੇ ਬਹੁਤ ਹੋ ਕੇ ਬੋਲੇ, ਗੱਲ ਕੀ ਹੋਈ ਏ? ਬਹਿ ਜਾ ਦੋ ਮਿੰਟ, ਆ ਗਲੀ ਤੱਕ ਨਾ ਰੋਬਿਨ ਗਿਆ, ਉਹ ਆਉਂਦਾ ਤੇ ਉਹਦੇ ਸਾਹਮਣੇ ਗੱਲ ਕਰਦੇ ਆ। ਮਾਫੀ ਜੀ, ਵੈਸੇ ਤੁਸੀਂ ਮਾੜੀ ਮੋਟੀ ਤਾਂ ਗੱਲ ਦੱਸੋ, ਦੁੱਖ ਤਾਂ ਆ? ਪੁੱਤ ਕਾਲੀ ਕਾਹਦੀ ਏ ਤੈਨੂੰ, ਜਿਹੜੀ ਗੱਲ ਦਾ ਸਾਨੂੰ ਪਤਾ ਲੱਗਾ ਨਾ ਉਹ ਆਰਾਮ ਨਾਲ ਹੀ ਦੱਸਣ ਵਾਲੀ ਏ। ਦੇਖੋ ਭੈਣ ਜੀ, ਜੇ ਰੋਬਿਨ ਨੂੰ ਗੱਲ ਦਾ ਪਤਾ ਫਿਰ ਤਾਂ ਸਾਨੂੰ ਤੁਸੀਂ ਦੱਸ ਦਿਓ, ਜੇ ਨਹੀਂ ਪਤਾ ਫਿਰ ਰੋਬਿਨ ਨੂੰ ਆਣ ਦਿਓ। ਆ ਲੈਂਦੋ ਰੋਬਿਨ ਨੂੰ, ਉਹਨੂੰ ਸਾਰਾ ਕੁਝ ਪਤਾ ਹੈ, ਪ੍ਰੀਤ ਨੇ ਨਾ ਸਾਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ, ਨੇ ਉਧਰੋਂ ਸਾਡੀ ਧੀ ਦਾ ਘਰ ਖਰਾਬ ਕਰਤਾ, ਇਧਰੋਂ ਸਾਡੇ ਮੁੰਡੇ ਦਾ ਘਰ ਖਰਾਬ ਕਰਤਾ, ਤੇ ਕੁੜੀਆਂ ਬਾਰੇ ਵੀ ਕੁਝ ਨਹੀਂ ਸੋਚਿਆ। ਭੈਣ ਜੀ, ਇਦਾਂ ਮੇਰੀ ਕੁੜੀ ਤੇ ਇਲਜ਼ਾਮ ਲਾਉਣ ਦਾ ਕੋਈ ਫਾਇਦਾ ਨਹੀਂ ਜਦ ਤੱਕ ਸਾਨੂੰ ਕੋਈ ਪੂਰੀ ਗੱਲ ਨਹੀਂ ਦੱਸਦਾ। ਆ ਸੁਣੋ ਫਿਰ, ਆ ਜਿਹੜੀ ਤੁਹਾਡੀ ਪ੍ਰੀਤ ਹੈ ਨਾ ਕੁੜੀ, ਇਹ ਸਾਰਾ ਦਿਨ ਨਾ ਦੀਪੂ ਨਾਲ ਸਾਡੇ ਜਵਾਈ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ ਏ ਤੇ ਬਾਹਰ ਪਤਾ ਨਹੀਂ ਕਿੱਥੇ ਕਿੱਥੇ ਘੁੰਮ ਕੇ ਆਉਂਦੀ ਏ। ਐਸੇ ਕਰਕੇ ਤੁਹਾਨੂੰ ਬੁਲਾਇਆ, ਤੁਸੀਂ ਵੀ ਨਾ ਇਹ ਗੱਲ ਕਹੋ ਵੀ ਸਹੁਰਿਆਂ ਨੇ ਕੀ ਇਲਜ਼ਾਮ ਸਾਡੀ ਕੁੜੀ ਤੇ ਲਾਏ ਨੇ, ਤੁਹਾਡੀ ਕੁੜੀ ਨੇ ਵੀ ਸਾਨੂੰ ਕਿਹੜਾ ਕਿਸੇ ਪਾਸੇ ਜੋਗਾ ਛੱਡਿਆ। ਭੈਣ ਜੀ, ਜੇ ਸਾਡੀ ਧੀ ਗਲਤ ਆ ਤੇ ਤੁਹਾਡੇ ਪ੍ਰਾਹੁਣੇ ਨੇ ਵੀ ਤਾਂ ਕਮਲ ਘੋਟਿਆ ਆ। ਵੈਸੇ ਮਾਸੀ, ਇਹ ਗੱਲ ਬਾਰੇ ਤੁਹਾਨੂੰ ਕਿਹਨੇ ਦੱਸਿਆ? ਮੇਰੀ ਧੀ ਪਲਕ ਨੇ ਮੈਨੂੰ ਦੱਸਿਆ ਵੀ ਤੁਹਾਡੀ ਧੀ ਪ੍ਰੀਤ ਹੈ ਨਾ ਜਿਹੜੀ ਰਾਤੀ 12-12 ਵਜੇ ਤੱਕ ਦੀਪੂ ਨੂੰ ਫੋਨ ਕਰਕੇ ਗੁੱਡ ਨਾਈਟ ਕਰਦੀ ਰਹਿੰਦੀ ਏ। ਭੈਣ ਜੀ, ਤੁਸੀਂ ਹਵਾ 'ਚ ਤੀਰ ਨਾ ਮਾਰੋ, ਮੇਰੀ ਧੀ ਨੇ ਤਾਂ ਕਦੇ ਗਿੱਲੇ ਗੋਹੇ ਤੇ ਪੈਰ ਨਹੀਂ ਰੱਖਿਆ ਤੇ ਮੈਨੂੰ ਆਪਣੀ ਧੀ ਤੇ ਪੂਰਾ ਯਕੀਨ ਆ। ਕੋਈ ਨਹੀਂ, ਖੜ ਜਾਓ ਫਿਰ, ਆਉਂਦੇ ਹੀ ਹੋਣੇ ਆ ਹੁਣੇ ਦੋਨੋਂ ਜਣੇ, ਫਿਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਹੁਣੇ। ਨਾ ਹੁਣ ਮੈਂ ਕੀ ਕਰਤਾ, ਅੱਜ ਮੇਰੇ ਫਿਰ ਪੇਕੇ ਸੱਦੇ ਹੋਏ ਆ। ਜੋ ਤੂੰ ਕੀਤਾ ਨਾ ਉਹ ਮਾਫੀ ਲਾਇਕ ਵੀ ਹੈ ਨਹੀਂ, ਤਾਂ ਹੀ ਤੇਰੇ ਪੇਕੇ ਵਾਲੇ ਸੱਦੇ ਨੇ ਇੱਥੇ। ਆ ਜਾ ਹੁਣ ਉੱਪਰ ਬਹਿ ਕੇ ਗੱਲ ਕਰਦੇ ਆ, ਤੈਨੂੰ ਆਪਣੀ ਇੱਜ਼ਤ ਦਾ ਖਿਆਲ ਨਹੀਂ, ਸਾਡੀ ਆਪਣੀ ਤਾਂ ਇੱਜ਼ਤ ਹੈਗੀ ਆ। ਪਤਾ ਨਹੀਂ ਹੁਣ ਮੈਂ ਕੀ ਕਰਤਾ। ਪ੍ਰੀਤ, ਮੈਂ ਸੱਦਿਆ ਤੇਰੀ ਮਾਂ ਨੂੰ ਤੇ ਤੇਰੇ ਭਰਾ ਨੂੰ, ਤੂੰ ਬਹੁਤ ਮਾੜਾ ਕੀਤਾ ਸਾਡੇ ਨਾਲ। ਜਿਸ ਦਿਨ ਦੀ ਮੈਂ ਇਸ ਘਰ ਵਿੱਚ ਆਈ ਆ ਮੈਂ ਤੁਹਾਨੂੰ ਮਾੜੀ ਲੱਗਦੀ ਆ, ਹੁਣ ਦੱਸੋ ਮੈਂ ਕੀ ਮਾੜਾ ਕਰ ਦਿੱਤਾ? ਪੁੱਤ, ਦੀਪੂ ਨਾਲ ਖੇ ਖਾਣ ਤੋਂ ਪਹਿਲਾਂ ਨਾ ਤੂੰ ਸਾਡੀ ਇੱਜ਼ਤ ਨੂੰ ਤਾਂ ਦੇਖ ਲੈਂਦੀ, ਚੱਲ ਸਾਡੀ ਨਹੀਂ ਆਪਣੇ ਮਾਂ ਪਿਓ ਭੈਣ ਭਰਾ ਦੀ ਇੱਜ਼ਤ ਨੂੰ, ਆਪਣੇ ਬੱਚਿਆਂ ਦੀ ਇੱਜ਼ਤ ਨੂੰ ਤਾਂ ਸ਼ਰਮ ਕਰ ਲੈਂਦੀ। ਜੇ ਬੰਦੇ ਦੀ ਸੋਚ ਹੀ ਗਲਤ ਹੋਵੇ ਤਾਂ ਇਹਦੇ ਵਿੱਚ ਮੈਂ ਕੀ ਕਰ ਸਕਦੀ ਆ? ਜੇ ਹਾਲ ਚਾਲ ਪੁੱਛਣ ਵਾਸਤੇ ਮੈਂ 1-2 ਵਾਰੀ ਕਾਲ ਕਰ ਲਈ ਤੇ ਕੀ ਹੋ ਗਿਆ? ਹਾਲ ਚਾਲ ਪੁੱਛਣ ਵਾਸਤੇ ਪਲਕ ਨੂੰ ਤਾਂ ਤੂੰ ਕਦੇ ਫੋਨ ਕੀਤਾ ਨਹੀਂ, ਤਾਂ ਦੀਪੂ ਨੂੰ ਕਿਉਂ ਹਾਲ ਚਾਲ ਪੁੱਛਣ ਵਾਸਤੇ ਵਾਰ ਵਾਰ ਫੋਨ ਕਰਦੀ ਏ? ਤੁਹਾਡੇ ਕੋਲ ਕੀ ਸਬੂਤ ਹੈ ਕਿ ਮੈਂ ਦੀਪੂ ਨਾਲ ਫੋਨ ਤੇ ਗੱਲ ਕਰਦੀ ਆ? ਪਹਿਲਾਂ ਤਾਂ ਤੁਸੀਂ ਸਾਰੇ ਮੈਨੂੰ ਮਾੜਾ ਸਮਝਦੇ ਸੀ, ਹੁਣ ਤੁਸੀਂ ਮੈਨੂੰ ਬਦਨਾਮ ਵੀ ਕਰਨ ਲੱਗ ਗਏ ਹੋ। ਪ੍ਰੀਤ, ਤੈਨੂੰ ਸ਼ਰਮ ਨਹੀਂ ਆਈ ਮੇਰੇ ਨਾਲ ਧੋਖਾ ਕਰਦੇ ਹੋਏ? ਕੋਈ ਨਾ ਪੁੱਤ ਰੋਬਿਨ, ਠੰਡਾ ਰਹਿ, ਪਹਿਲਾਂ ਆਪਾਂ ਇਹਦੀ ਗੱਲ ਤਾਂ ਸੁਣ ਲਈਏ। ਨਾ ਮੰਮੀ, ਤੁਸੀਂ ਬੁਲਾ ਲਓ ਦੀਪੂ ਨੂੰ, ਨਾਲੇ ਇੱਥੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ। ਪ੍ਰੀਤ, ਮੈਂ ਤਾਂ ਤੇਰੇ ਤੋਂ ਪਹਿਲਾਂ ਇਹਨਾਂ ਨੂੰ ਕਹਿ ਕੇ ਹਟੀ ਆ ਕਿ ਮੇਰੀ ਧੀ ਗਲਤ ਨਹੀਂ ਹੈਗੀ। ਆ ਹੱਥ ਬੰਨੇ ਤੁਹਾਡੇ ਮੂਹਰੇ, ਮੈਨੂੰ ਨਹੀਂ ਪਤਾ ਕੌਣ ਸਹੀ ਹੈ ਕੌਣ ਗਲਤ, ਤੁਸੀਂ ਆਪਦੀ ਧੀ ਨੂੰ ਇੱਥੋਂ ਲੈ ਜਾਓ, ਆਪਣੀ ਧੀਆਂ ਨੂੰ ਮੈਂ ਆਪੇ ਪਾਲ ਲੂੰਗਾ। ਤੂੰ ਮੈਨੂੰ ਰੱਖਣ ਜੋਗਾ ਹੈਗਾ ਵੀ ਨਹੀਂ ਤੇ ਮੈਂ ਤੇਰੇ ਨਾਲ ਰਹਿ ਕੇ ਵੀ ਰਾਜੀ ਨਹੀਂ ਹੈਗੀ।
ਇਹੋ ਜੀ ਮਾਂ ਉਹੋ ਜੀ ਧੀ ਆਪਣੇ ਤੋਂ ਨਹੀਂ ਬਰਦਾਸ਼ਤ ਹੁੰਦਾ ਹਲੇ ਤਾਂ ਇੱਕ ਹੀ ਸੁੱਟੀ ਆ ਹਲੇ ਹੋਰ ਸੁੱਟੀਆਂ ਸੀ ਉਹਦੇ ਮਾਰ ਕੁਟਾਈ ਨਾਲ ਨਾ ਕੁਛ ਨਹੀਂ ਹੋਣ ਵਾਲਾ ਆਪਣੇ ਬੱਚਿਆਂ ਦੇ ਮੂੰਹ ਨੂੰ ਵੀ ਵੇਖ ਇੱਕ ਤਾਂ ਚੋਰੀ ਉੱਪਰੋਂ ਸੀਨਾ ਚੋਰੀ ਕਿੱਦਾਂ ਔਖੀ ਹੋ ਕੇ ਬੋਲਦੀ ਸੀ ਪੁੱਤ ਆਂਢ ਗੁਆਂਢ ਨਾ ਕੰਧਾਂ ਨੂੰ ਉਹੀ ਕੰਨ ਲਾਈ ਫਿਰਦੇ ਨੇ ਕੁਛ ਇੱਧਰੋਂ ਉੱਧਰ ਦਾ ਵੀ ਸੋਚ ਲਿਆ ਕਰ ਮੰਮੀ ਤੁਸੀਂ ਉਹਨਾਂ ਨੂੰ ਕਹੋ ਆਪਦੀ ਧੀ ਨੂੰ ਲੈ ਜਾਣ ਮੈਂ ਆਪਣੇ ਬੱਚਿਆਂ ਨਾਲ ਠੀਕ ਹਾਂ ਚੁੱਪ ਕਰ ਵੇ ਕਮਲ ਨਾ ਘੋਟ ਮੈਂ ਉਹਨਾਂ ਨਾਲ ਗੱਲ ਕਰਕੇ ਆਉਂਦੀ ਹਾਂ ਨੀਚੇ ਅਤੇ ਇੱਥੇ ਆਰਾਮ ਨਾਲ ਬਹਿ ਜਾ ਦੇਖ ਤਾਂ ਕਿੱਦਾਂ ਮੇਰੀ ਕੁੜੀ ਦੇ ਉਂਗਲਾਂ ਦੇ ਨਿਸ਼ਾਨ ਪਾਏ ਨੇ ਮੈਂ ਤਾਂ ਨਹੀਂ ਰਹਿਣ ਦੇਣਾ ਆਪਣੀ ਕੁੜੀ ਨੂੰ ਸਾਡੇ ਆਇਆਂ ਦਾ ਮਾਣ ਵੀ ਨਹੀਂ ਕੀਤਾ ਚੱਲ ਕੁੜੀਏ ਤੂੰ ਆਪਣੇ ਘਰ ਚੱਲ ਮੰਮੀ ਮੈਂ ਵੀ ਨਹੀਂ ਰਹਿਣਾ ਹੁਣ ਇੱਥੇ ਪਹਿਲਾਂ ਤਾਂ ਮੇਰੀ ਇੱਜ਼ਤ ਨਹੀਂ ਕਰਦੇ ਸੀ ਹੁਣ ਤਾਂ ਮੇਰੇ 'ਤੇ ਹੱਥ ਵੀ ਚੱਕਣ ਲੱਗ ਗਏ ਨੇ ਪ੍ਰੀਤ ਮੇਰੀ ਗੱਲ ਸੁਣ ਤੇਰੀ ਦੀਪੂ ਨਾਲ ਗੱਲ ਹੈਗੀ ਆ ਕਿ ਨਹੀਂ ਮੰਮੀ ਜਿੰਦੀ ਘਰ ਵਾਲੀ ਘਰੋਂ ਬਾਹਰ ਜਾਊਗੀ ਉਹਦੇ ਆਦਮੀ ਨੂੰ ਤਾਂ ਗੁੱਸਾ ਆਉਣਾ ਹੀ ਆਉਣਾ ਨਾ ਤੈਨੂੰ ਵੀ ਲੱਗਦਾ ਕਿ ਤੇਰੀ ਭੈਣ ਗਲਤ ਆ ਤੂੰ ਇਹਨਾਂ 'ਤੇ ਕਿੱਦਾਂ ਯਕੀਨ ਕਰ ਸਕਦਾ ਆ ਮੰਮੀ ਧੰਨ ਆ ਇਹਦਾ ਘਰ ਵਾਲਾ ਜਿਹਨੇ ਇੱਕ ਥੱਪੜ ਮਾਰ ਕੇ ਗੁੱਸਾ ਕੱਢ ਲਿਆ ਜੇ ਮੇਰੀ ਘਰ ਵਾਲੀ ਹੁੰਦੀ ਨਾ ਟੋਟੇ ਟੋਟੇ ਕਰ ਦਿੰਦਾ ਉਹਨੇ ਮੈਂ ਮੰਮੀ ਤੁਸੀਂ ਦੱਸੋ ਤੁਹਾਡੀ ਨੂੰਹ ਜੇ ਇੱਦਾਂ ਦੇ ਖੇਖਣ ਕਰੇ ਤੁਸੀਂ ਰੱਖ ਲਓਗੇ ਘਰੇ ਪੁੱਤ ਮੀਆਂ ਬੀਬੀ ਦਾ ਰਿਸ਼ਤਾ ਸੱਚਾ ਤੇ ਸਾਫ਼ ਸੁਥਰਾ ਹੁੰਦਾ ਆ ਇਹਨੂੰ ਇੱਦਾਂ ਦਾਗ ਨਹੀਂ ਲੱਗਦਾ ਹੁੰਦਾ ਦੇਖ ਪ੍ਰੀਤ ਪੁੱਤ ਤੈਨੂੰ ਰਹਿਣਾ ਵੀ ਇੱਥੇ ਪੈਣਾ ਤੇ ਸੁਧਰਨਾ ਵੀ ਪੈਣਾ ਇਸ ਕੰਮਾਂ 'ਚ ਕੁਛ ਨਹੀਂ ਰੱਖਿਆ ਬਦਨਾਮੀ ਹੋਈ ਆ ਚੱਲ ਨਾ ਪੁੱਤ ਨਾ ਡਾਂਟੋ ਕੁੜੀ ਨੂੰ ਹੁਣ ਆ ਜਾਓ ਆਪਾਂ ਅੰਦਰ ਬਹਿ ਕੇ ਗੱਲ ਕਰਦੇ ਹਾਂ ਦੇਖੋ ਭੈਣ ਜੀ ਅਸੀਂ ਇੱਕ ਪਾਸੇ ਦੀ ਗੱਲ ਸੁਣ ਕੇ ਆਪਣੀ ਧੀ ਨੂੰ ਮਾੜਾ ਨਹੀਂ ਕਹਿ ਸਕਦੇ ਤੁਸੀਂ ਦੀਪੂ ਹੋਣਾ ਨੂੰ ਬੁਲਾ ਕੇ ਇੱਥੇ ਬਿਠਾ ਕੇ ਗੱਲ ਕਰੋ ਫਿਰ ਹੀ ਸਾਨੂੰ ਪਤਾ ਲੱਗੂ ਕੀ ਗੱਲ ਆ ਹਾਂਜੀ ਹਾਂਜੀ ਭੈਣ ਜੀ ਮੈਂ ਨਾ ਦੀਪੂ ਦੀ ਮਾਂ ਨੂੰ ਨਾ ਅੱਜ ਹੀ ਫੋਨ ਕਰ ਦਿੰਦੀ ਹਾਂ ਅਤੇ ਆਪਾਂ ਇੱਕ ਦਿਨ ਰੱਖ ਲੈਂਦੇ ਹਾਂ ਅਤੇ ਉਹਨਾਂ ਦੇ ਘਰ ਬਹਿ ਕੇ ਨਾ ਸਾਰੇ ਵਿੱਚ ਬੈਠ ਕੇ ਗੱਲ ਹੋਏਗੀ ਫਿਰ ਹੀ ਪਤਾ ਚੱਲੇਗਾ ਦੇਖੋ ਭੈਣ ਜੀ ਵਿਹਲਾ ਦਿਮਾਗ ਨਾ ਸ਼ੈਤਾਨ ਦਾ ਘਰ ਆ ਇਸ ਗੱਲ ਨੂੰ ਜਿੰਨੀ ਜਲਦੀ ਆਪਾਂ ਸੋਲਵ ਕਰਾਂਗੇ ਨਾ ਉਨਾ ਹੀ ਵਧੀਆ ਹੋਊਗਾ ਪ੍ਰੀਤ ਜਿਹੜਾ ਤੂੰ ਇਹ ਕਦਮ ਚੱਕਿਆ ਤੈਨੂੰ ਪਤਾ ਤੇਰੇ ਭਰਾ ਦੀ ਜ਼ਿੰਦਗੀ 'ਤੇ ਕੀ ਅਸਰ ਪੈਣਾ ਦੇਖੋ ਭੈਣ ਜੀ ਮੇਰੇ ਮੁੰਡੇ ਦਾ ਪਹਿਲਾਂ ਹੀ ਰਿਸ਼ਤਾ ਕਿਸੇ ਸਿਰੇ ਨਹੀਂ ਚੜ੍ਹਦਾ ਪਿਆ ਜਦੋਂ ਇਸ ਗੱਲ ਦਾ ਪਤਾ ਲੱਗੂ ਵੈਸੇ ਕਿਸੇ ਨੇ ਧੀ ਨਹੀਂ ਆਪਣੀ ਦੇਣੀ ਚਲੋ ਮੰਮੀ ਮੇਰਾ ਰਿਸ਼ਤਾ ਜਦੋਂ ਹੋਣਾ ਹੋ ਜਾਊਗਾ ਮੇਰੀ ਭੈਣ ਦਾ ਜਦੋਂ ਘਰ ਟੁੱਟਿਆ ਨਾ ਉਦੋਂ ਦੁੱਖ ਮੈਨੂੰ ਜ਼ਿਆਦਾ ਹੋਣਾ ਵੀਰੇ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਅੱਗੋਂ ਦੀ ਕਦੀ ਵੀ ਤੁਹਾਨੂੰ ਮੇਰੀ ਸ਼ਿਕਾਇਤ ਦਾ ਮੌਕਾ ਨਾ ਮਿਲੇ ਚਲ ਭੈਣ ਜੀ ਛੱਡੋ ਹੁਣ ਆਪਾਂ ਅੰਦਰ ਬੈਠ ਕੇ ਨਾ ਚਾਹ ਪੀਂਦੇ ਹਾਂ ਚਾਹ ਪਾਣੀ ਤਾਂ ਫਿਰ ਪੀਵਾਂਗੇ ਭੈਣ ਜੀ ਪਹਿਲਾਂ ਤੁਸੀਂ ਦੀਪੂ ਹੋਣਾ ਨਾਲ ਗੱਲਬਾਤ ਕਰੋ ਚੱਲ ਮੁੰਡੇ ਆਪਾਂ ਚੱਲੀਏ ਚੱਲ ਜਾ ਉੱਪਰ ਚੱਲ ਜਾ ਰੋਬਿਨ ਬੈਠਾ ਹੋਣਾ ਅਤੇ ਉਹਦੇ ਕੋਲੋਂ ਨਾ ਆਪਣੀ ਗਲਤੀ ਮੰਨ ਲੈ ਮੰਮੀ ਤੁਸੀਂ ਅੰਦਰ ਬੈਠ ਕੇ ਆਰਾਮ ਕਰੋ ਕੋਈ ਨਾ ਮੈਂ ਇਹਨਾਂ ਨਾਲ ਗੱਲ ਕਰ ਲੈਂਦੀ ਹਾਂ ਜੇ ਦੀਪੂ ਘਰ ਗੱਲ ਹੋਣ ਲੱਗ ਗਈ ਤਾਂ ਦੋਨਾਂ ਦੀਆਂ ਗਲਤੀਆਂ ਨਿਕਲਣਗੀਆਂ ਮੈਂ ਰੋਬਿਨ ਨਾਲੋਂ ਪਹਿਲਾਂ ਦੀਪੂ ਨੂੰ ਫੋਨ ਕਰਦੀ ਹਾਂ ਤਮੰਨਾ ਐਵੇਂ ਮੇਰੇ ਮਗਰ ਮਗਰ ਨਾ ਘੁੰਮ ਮੰਮੀ ਆ ਕੋਈ ਗੱਲ ਥੋੜੀ ਨਾ ਹੁੰਦੀ ਹੈ ਨਾਨੀ ਘਰੇ ਜਾਣ ਦਾ ਵੀ ਕੋਈ ਰੀਜ਼ਨ ਹੀ ਹੁੰਦਾ ਕਿਉਂ ਉਹ ਮੇਰੀ ਮਾਂ ਦਾ ਘਰ ਹੈ ਮੈਂ ਉੱਧਰ ਜਾ ਨਹੀਂ ਸਕਦੀ ਕਿਉਂ ਜਦੋਂ ਅੱਗੇ ਤੁਸੀਂ ਨਾਨੀ ਘਰੇ ਜਾਂਦੇ ਹੋ ਖੁਸ਼ੀ ਖੁਸ਼ੀ ਜਾਂਦੇ ਹੋ ਨਾਲੇ ਮੈਨੂੰ ਵੀ ਨਾਲ ਲੈ ਕੇ ਜਾਂਦੇ ਹੋ ਪੁੱਤਰ ਹਰ ਧੀ ਦੀ ਨਾ ਕਿਸਮਤ 'ਚ ਨਹੀਂ ਹੁੰਦਾ ਕਿ ਹਰ ਵਾਰ ਉਹ ਪੈ ਕੇ ਖੁਸ਼ੀ ਨਾਲ ਹੀ ਜਾਵੇ ਜੇ ਮੰਮੀ ਤੁਹਾਨੂੰ ਕੋਈ ਦੁੱਖ ਹੈ ਤੁਸੀਂ ਮੈਨੂੰ ਵੀ ਤਾਂ ਦੱਸ ਹੀ ਸਕਦੇ ਹੋ ਮੈਂ ਵੀ ਤੁਹਾਡੀ ਧੀ ਹੈ ਨਾ ਪੁੱਤ ਇਹ ਦੁੱਖ ਨਾ ਤੈਨੂੰ ਦੱਸਣ ਵਾਲਾ ਨਹੀਂ ਹੈ ਇਹ ਤੇ ਨਾ ਤੇਰੀ ਨਾਨੀ ਸਮਝ ਸਕਦੀ ਹੈ ਠੀਕ ਹੈ ਫਿਰ ਜੇ ਤੁਸੀਂ ਆਪਣਾ ਦੁੱਖ ਕੋਈ ਮੈਨੂੰ ਨਹੀਂ ਦੱਸਣਾ ਫਿਰ ਮੈਂ ਵੀ ਆਪਣਾ ਦੁੱਖ ਤੁਹਾਨੂੰ ਨਹੀਂ ਦੱਸੂਗੀ ਪੁੱਤ ਮੈਂ ਤਾਂ ਇਹ ਚਾਹੁੰਦੀ ਹਾਂ ਕਿ ਤੇਰੀ ਜ਼ਿੰਦਗੀ 'ਚ ਨਾ ਕਦੇ ਦੁੱਖ ਹੀ ਨਾ ਆਵੇ ਮੰਮੀ ਮੈਨੂੰ ਵੀ ਤਾਂ ਨਾਲ ਲੈ ਜਾਓ ਨਾ ਪਿੱਛੇ ਮੈਨੂੰ ਕੌਣ ਪੁੱਛੂਗਾ ਚਾਚੀ ਤਾਂ ਮੈਨੂੰ ਉਹੀ ਨਹੀਂ ਪੁੱਛਦੀ ਡੈਡੀ ਵੀ ਨਹੀਂ ਮੈਨੂੰ ਪੁੱਛਦੇ ਚੱਲ ਤੇਰਾ ਅੱਜੂ ਚਾਚਾ ਤਾਂ ਹੈਗਾ ਹੀ ਨਾ ਉਹ ਤੇਰਾ ਕਿੰਨਾ ਖਿਆਲ ਰੱਖਦਾ ਜੇ ਕਿਸੇ ਚੀਜ਼ ਦੀ ਵੀ ਲੋੜ ਹੋਈ ਨਾ ਤਾਂ ਤੂੰ ਚਾਚੂ ਨੂੰ ਕਹਿ ਦੀ
ਮੰਮੀ ਮੈਨੂੰ ਤੁਹਾਡੀ ਆਹ ਗੱਲ ਨਹੀਂ ਸਮਝ ਆਈ। ਜੇ ਅੱਗੇ ਤੁਸੀਂ ਨਾਨੀ ਘਰੇ ਜਾਂਦੇ ਸੀ ਤੇ ਤੁਸੀਂ ਕਹਿੰਦੇ ਸੀ ਤਮੰਨਾ ਤਿਆਰ ਹੋ ਨਾਨੀ ਘਰੇ ਜਾਣਾ ਵਾ, ਤੇ ਅੱਜ ਤੁਸੀਂ ਮੈਨੂੰ ਹੀ ਛੱਡ ਕੇ ਜਾ ਰਹੇ ਹੋ। ਕਿਹੜੀ ਮਾਂ ਦਾ ਦਿਲ ਕਰਦਾ ਆਪਣੀ ਕੁੜੀ ਨੂੰ ਛੱਡ ਕੇ ਜਾਣ ਦਾ, ਪਰ ਮੇਰੀ ਮਜਬੂਰੀ ਹੈ, ਪਰ ਮੈਂ ਤੈਨੂੰ ਛੱਡਣਾ ਨਹੀਂ ਚਾਹੁੰਦੀ। ਪਰ ਵਾਪਸ ਤਾਂ ਆਉਂਗੇ ਨਾ, ਉੱਥੇ ਪੱਕੇ ਤਾਂ ਨਹੀਂ ਰਹਿਣ ਲੱਗ ਜਾਉਂਗੇ? ਹੁਣ ਸਾਰੀਆਂ ਚੀਜ਼ਾਂ ਨਾ ਮੈਂ ਰੱਬ ਤੇ ਛੱਡਤੀ ਆ, ਹੁਣ ਜੋ ਉਹਦਾ ਹੁਕਮ ਹੋਏਗਾ ਨਾ ਹੁਣ ਉਹੀ ਹੋਊਗਾ। ਚਲੋ ਠੀਕ ਹੈ, ਮੈਂ ਤੁਹਾਨੂੰ ਬੈਗ ਲਿਆ ਦਿੰਦੀ ਹਾਂ। ਜਾਂ ਤੂੰ ਖੇਡ ਜਵਾਕਾਂ ਨਾਲ, ਮੈਂ ਕਰਦੀ ਆ ਤੇਰੀ ਮਾਂ ਨਾਲ ਗੱਲ। ਜੇ ਲੋੜ ਪਏਗੀ ਤਾਂ ਮੈਂ ਫਿਰ ਆ ਕੇ ਲੈ ਜਾਊਂਗੀ। ਤਮੰਨਾ ਪੁੱਤ ਲਿਆ ਦੇ ਬੈਗ। ਤੂੰ ਰਾਤ ਦੀ ਜਿੱਦ ਫੜੀ ਹੈ ਕਿ ਮੈਂ ਪੇਕੇ ਜਾਣਾ ਪੇਕੇ ਜਾਣਾ, ਪੇਕੇ ਜਾ ਕੇ ਨਾ ਕੋਈ ਹੱਲ ਨੀ ਹੋਣਾ। ਮੰਮੀ ਇੱਥੇ ਰਹਿ ਕੇ ਨਾ ਹੁਣ ਮੈਨੂੰ ਘੁਟਨ ਮਹਿਸੂਸ ਹੋ ਰਹੀ ਹੈ, ਹੁਣ ਨਾ ਮੈਂ ਇਸ ਇਨਸਾਨ ਨਾਲ ਨਹੀਂ ਰਹਿਣਾ। ਨਾ ਮੈਂ ਮੰਨਦੀ ਆ ਵੀ ਤੇਰਾ ਘਰ ਵਾਲਾ ਗਲਤ ਹੈ, ਪਰ ਉਹਨੂੰ ਸਮਝਾ ਕੇ ਹੀ ਹੱਲ ਹੋਣਾ। ਮੰਮੀ 8 ਸਾਲ ਦੀ ਧੀ ਹੈ ਤੇ ਉਸ ਬੰਦੇ ਨੂੰ ਭੋਰਾ ਸ਼ਰਮ ਨਹੀਂ ਕਿ ਵਿਵਹਾਰ ਕੀ ਕਰਦਾ ਪਿਆ। 2 ਦਿਨ ਤੋਂ ਨਾ ਰਿਆ ਤੇ ਅੱਜੂ ਨਾ ਜ਼ਿਆਦਾ ਬਿਜ਼ੀ ਹੈ, ਆਪਾਂ ਮਿਲ ਕੇ ਬਹਿੰਦੇ ਆ ਫਿਰ ਆਪਾਂ ਦੀਪੂ ਨਾਲ ਕਰਦੇ ਆ ਗੱਲ। ਮੰਮੀ ਉਧਰ ਨਾ ਮੇਰੀ ਮੰਮੀ ਦੀ ਗੱਲ ਹੋਈ ਹੈ ਮੇਰੇ ਨਾਲ ਫੋਨ ਤੇ, ਉਹ ਵੀ ਕਹਿੰਦੇ ਬਹਿ ਕੇ ਗੱਲ ਕਰਨੀ ਹੈ ਤੇ ਤੁਸੀਂ ਵੀ ਕਹਿੰਦੇ ਬਹਿ ਕੇ ਗੱਲ ਕਰਨੀ ਹੈ, ਗੱਲ ਕੀ ਕਰਨੀ ਹੈ ਤਾਂ ਦੱਸੋ। ਕੱਲ ਹੈਗਾ ਐਤਵਾਰ, ਅੱਜੂ ਤੇ ਰੀਆ ਦੋਨੋਂ ਘਰ ਹੈ, ਮੈਂ ਵੀ ਘਰ ਆ ਤੇ ਤੂੰ ਵੀ, ਤੇ ਆਪਾਂ ਉਹਦੇ ਨਾਲ ਬੈਠ ਕੇ ਗੱਲ ਕਰਦੇ ਆ ਵੀ ਉਹ ਕਰਨਾ ਕੀ ਚਾਹੁੰਦਾ। ਠੀਕ ਹੈ ਮੰਮੀ, ਮੈਂ ਤੁਹਾਡੇ ਕਹੇ ਤੇ ਨਾ 1 ਦਿਨ ਹੋਰ ਰੁਕ ਜਾਂਦੀ ਹਾਂ, ਪਰ ਨਾ ਤੁਸੀਂ ਇਹਨਾਂ ਨਾਲ ਗੱਲ ਕਰ ਲਓ, ਜਾਂ ਤੇ ਉਧਰੋਂ ਕਿਨਾਰਾ ਕਰ ਲੈਣ ਜਾਂ ਮੈਨੂੰ ਤਲਾਕ ਦੇ ਦੇਣ। ਤੇ 10 ਸਾਲ ਹੋ ਗਏ ਤੁਹਾਡਾ ਵਿਆਹ ਹੋਏ ਨੂੰ, ਹੁਣ ਤੁਸੀਂ ਤਲਾਕ ਲੈਂਦੇ ਚੰਗੇ ਲੱਗਦੇ ਆ, ਕੁੜੀ ਬਾਰੇ ਤਾਂ ਭੋਰਾ ਸੋਚ ਲਓ। ਮੈਨੂੰ ਪਤਾ ਮੈਂ ਕਿਹੜਾ ਦਿਲ ਤੇ ਪੱਥਰ ਰੱਖ ਕੇ ਤਾਂ ਕੁੜੀ ਨੂੰ ਇੱਧਰ ਛੱਡ ਕੇ ਚੱਲੀ ਆ, ਰਹੂਗੀ ਨਾ ਥੋੜੀ ਦਿਨ ਆਪਣੇ ਪਿਓ ਕੋਲ ਤਾਂ ਉਹਨੂੰ ਟੈਨਸ਼ਨ ਹੋਊਗੀ। ਦੇਖ ਜਲਦਬਾਜ਼ੀ ਚ ਲਏ ਹੋਏ ਫੈਸਲੇ ਨਾ ਬੱਚਿਆਂ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਆ, ਆ ਦੀਪੂ ਨੇ ਤਾਂ ਬੇਅਕਲਾਂ ਵਾਲਾ ਕੰਮ ਕੀਤਾ ਆ, ਤੂੰ ਤਾਂ ਅਕਲ ਵਾਲੇ ਕਰ ਲਾ। ਬਸ ਠੀਕ ਹੈ ਮੰਮੀ, ਕੱਲ ਸਾਰੇ ਜਣੇ ਬਹਿ ਕੇ ਗੱਲ ਕਰੋ ਕਿ ਕਿੱਦਾਂ ਕਰਨਾ। ਬਸ ਹੁਣ ਆਪਦਾ ਗੁੱਸਾ ਠੰਡਾ ਕਰ ਤੇ ਬੈਠ, ਤੇ ਮੈਂ ਦੇਖਦੀ ਆ ਫਿਰ ਕੀ ਕਰਨਾ। ਆਪਣੇ ਲਈ ਬਹੁਤ ਵਧੀਆ ਗੱਲ ਆ, ਆਪਾਂ ਤਾਂ ਆਪਣੇ ਆਪ ਨੂੰ ਬਿਜ਼ੀ ਰੱਖਣਾ ਚਾਹੀਦਾ। 2 ਸਾਲ ਹੋ ਗਏ ਆਪਣੇ ਵਿਆਹ ਨੂੰ ਤੇ ਤੁਹਾਡੀ ਢਿੱਡ 'ਚ ਕੋਈ ਗੱਲ ਤਾਂ ਪਚਦੀ ਨਹੀਂ, ਹੁਣ ਨਹੀਂ ਤਾਂ ਘੰਟੇ ਬਾਅਦ ਤਾਂ ਦੱਸ ਹੀ ਦਓਗੇ, ਤੇ ਜੇ ਹੁਣ ਮੈਂ ਪੁੱਛ ਰਹੀ ਹਾਂ ਤੇ ਫਿਰ ਦੱਸ ਦਿਓ ਕਿ ਕੀ ਹੋਇਆ।
ਵੈਸੇ ਯਾਰ ਤੈਨੂੰ ਪਤਾ ਤਾਂ ਹੈ ਦੀਪੂ ਵੀਰੇ ਦੀ ਤੇ ਪਲਕ ਦੀ ਲਾਈਫ ਕਿੰਨੀ ਡਿਸਟਰਬ ਚੱਲ ਰਹੀ ਆ। ਮੈਂ ਵੀ ਦੇਖ ਰਹੀ ਹਾਂ, ਇੱਕ ਦੋ ਦਿਨ ਤੋਂ ਇਹ ਦੋਵੇਂ ਜਣੇ ਕਾਫੀ ਡਿਸਟਰਬ ਚੱਲ ਰਹੇ ਨੇ। ਕੱਲ ਵੀ ਮੈਂ ਜੌਬ ਤੇ ਜਾਣ ਲੱਗੀ ਤੇ ਪਲਕ ਦੀਪੂ ਨਾਲ ਹਜੇ ਬਹਿਸ ਕਰਨ ਹੀ ਲੱਗੀ ਸੀ ਤੇ ਮੈਂ ਸੋਚਿਆ ਵੀ ਚੱਲ ਛੱਡ ਪਰੇ, ਕਿਉਂ ਸਵੇਰੇ ਸਵੇਰੇ ਆਪਣਾ ਵੀ ਮੂਡ ਖਰਾਬ ਕਰਨਾ। ਫਿਰ ਮੈਂ ਚੁੱਪ ਕਰਕੇ ਚਲੀ ਗਈ। ਤੈਨੂੰ ਨਾ ਮੈਂ ਗੱਲ ਦੱਸਦਾ, ਦੀਪੂ ਵੀਰਾ ਨਾ ਬਾਹਰ ਸੈਟਿੰਗ ਕਰੀ ਬੈਠਾ ਕਿਸੇ ਕੁੜੀ ਨਾਲ, ਇਹ ਗੱਲ ਪਲਕ ਨੂੰ ਹਜਮ ਨਹੀਂ ਹੁੰਦੀ ਪਈ। ਜੇ ਕੁੜੀ ਬਾਹਰਲੀ ਹੁੰਦੀ ਨਾ ਕਹਿ ਕਵਾ ਕੇ ਛੱਡ ਛੜਿਆ ਕਰਵਾ ਦਿੰਦੇ। ਕੁੜੀ ਪਤਾ ਕੌਣ ਆ? ਅੱਛਾ ਕੌਣ ਆ ਵੈਸੇ, ਦੱਸਿਓ ਮੈਨੂੰ। ਪਲਕ ਦੀ ਵੱਡੀ ਭਾਬੀ ਪ੍ਰੀਤ। ਉਹ ਤੁਹਾਡੀ ਭੈਣ ਦੀ, ਉਹ ਮੋਟੀ ਜਿਹੀ, ਇਹ ਉਹਦੇ ਨਾਲ ਸੈਟਿੰਗ ਕਰੀ ਫਿਰਦਾ? ਆਹੋ, ਹੁਣ ਦੀਪੂ ਕਹਿੰਦਾ ਉਹਦੇ ਬਿਨਾਂ ਮੈਂ ਰਹਿਣਾ ਕੋਈ ਨਹੀਂ ਤੇ ਪਲਕ ਕਹਿੰਦੀ ਮੈਂ ਇੱਥੇ ਨਹੀਂ ਰਹਿਣਾ। ਲੈ ਫਿਰ ਤਾਂ ਆਪਣੀ ਗਾਟੀ ਪੈ ਗਈ ਇੱਥੇ। ਦੀਪੂ ਉਹਦੇ ਨਾਲ ਬਾਹਰ ਕਿਤੇ ਚੱਲ ਜਾਵੇ ਤੇ ਪਲਕ ਇੱਥੋਂ ਉੱਦਾਂ ਚੱਲ ਜਾਵੇ, ਆਪਾਂ ਦੋਵੇਂ ਇੱਥੇ ਸੈੱਟ ਆ। ਨਹੀਂ ਯਾਰ, ਦੀਪੂ ਮੇਰਾ ਭਰਾ ਵਾ, ਉਹਨੂੰ ਸਹੀ ਰਾਹ ਪਾਣਾ ਮੇਰਾ ਕੰਮ ਆ। ਆਹੋ ਹੁਣ ਤਾਂ ਮੈਨੂੰ ਲੱਗਦਾ ਆਪਣਾ ਕੰਮ ਬਾਹਲਾ ਹੀ ਖਰਾਬ ਆ। ਪਹਿਲਾਂ ਤਾਂ ਇਹਨਾਂ ਦੀ ਲਾਈਫ ਸਿਰਫ ਡਿਸਟਰਬ ਹੀ ਚੱਲਦੀ ਪਈ ਸੀ ਤੇ ਹੁਣ ਤਾਂ ਇਹਨਾਂ ਦਾ ਨਿੱਤ ਦਾ ਕਲੇਸ਼ ਰਿਹਾ ਕਰਨਾ। ਨਹੀਂ ਏਦਾਂ ਮੰਮੀ ਫੋਨ ਤੇ ਗੱਲ ਕਰਦੇ ਪਏ ਸੀ, ਮੈਂ ਗੱਲ ਸੁਣੀ ਆ, ਕੱਲ ਪਲਕ ਦੇ ਘਰਦਿਆਂ ਨੇ ਆਣਾ ਤੇ ਆਪਣੀ ਵੀ ਕੱਲ ਛੁੱਟੀ ਹੈ ਐਤਵਾਰ, ਆਪਾਂ ਦੇਖਦੇ ਆ ਕੱਲ ਕੀ ਬਣਦਾ। ਵੈਸੇ ਨਾ ਹੱਦ ਹੋ ਗਈ ਦੀਪੂ ਵੀਰੇ ਦੀ, ਇੰਨਾ ਕਰੈਕਟਰਲੈਸ ਬੰਦਾ, ਮੈਨੂੰ ਤਾਂ ਸ਼ਰਮ ਆਉਂਦੀ ਹੈ ਇਹਨੂੰ ਆਪਣਾ ਜੇਠ ਕਹਿਣ ਲੱਗੇ ਵੀ। ਹੋਰ ਯਾਰ ਲੋਕਾਂ ਨੂੰ ਕਿੱਦਾਂ ਫੇਸ ਕਰਾਂਗੇ ਜਦੋਂ ਸਾਰਿਆਂ 'ਚ ਗੱਲ ਉੱਡੀ? ਇਸ ਮੁੱਦੇ ਤੇ ਤਾਂ ਮੰਮੀ ਨਾਲ ਗੱਲ ਕਰਨੀ ਪੈਣੀ ਹੈ, ਜੇ ਗਲੀ ਗੁਆਂਢ 'ਚ ਕਿਸੇ ਨੇ ਮੈਨੂੰ ਤਾਂ ਨਾ ਮਾਰਤਾ ਨਾ, ਮੈਂ ਤਾਂ ਕੋਈ ਨਹੀਂ ਛੱਡਣਾ। ਹੈਲੋ, ਕੀ ਗੱਲਾਂ ਕਰੀ ਜਾਂਦੇ ਤੁਸੀਂ? ਹੈਲੋ, ਮੈਂ ਨਾ ਗਜਰੇਲਾ ਲੈ ਕੇ ਆਈ ਹਾਂ, ਖਾ ਲਓ। ਮੈਂ ਨਾ ਮਰ ਜਾ ਗੁਆਂਢਣ ਦੇ ਘਰੇ ਕੀਰਤਨ ਹੈ, ਮੈਂ ਉੱਥੇ ਜਾ ਕੇ ਆਈ। ਮੰਮੀ ਤੁਹਾਡੇ ਮੁੰਡੇ ਨੇ ਏਡਾ ਵੱਡਾ ਚੰਨ ਚਾੜਿਆ, ਤੁਹਾਡਾ ਦਿਲ ਕਰ ਪੈਂਦਾ ਵੀ ਮੈਂ ਘਰੋਂ ਬਾਹਰ ਨਿਕਲਾਂ? ਤਾਂ ਪਲਕ ਦਾ ਸਾਹਮਣੇ ਮੇਰੇ ਬੋਲਣ ਲੱਗ ਗਈ ਸੀ, ਹੁਣ ਤੂੰ ਵੀ ਲੱਗ ਗਈ ਹੈ ਮੇਰੇ ਸਾਹਮਣੇ ਬੋਲਣ? ਨਾ ਦੀਪੂ ਵੀਰੇ ਨੂੰ ਜਮਾ ਸ਼ਰਮ ਨਹੀਂ ਆਈ ਵੀ ਉਹ ਕਿਹੋ ਜਿਹੇ ਕਾਰੇ ਕਰਦੇ ਪਏ ਨੇ? ਆ ਗਜਰੇਲਾ ਨਾ ਆਪਣੇ ਵੱਡੇ ਮੁੰਡੇ ਨੂੰ ਹੀ ਖਵਾਓ, ਜਿਹੜਾ ਦੋ ਦੋ ਥਾਂ ਤੇ ਮੂੰਹ ਮਾਰਦਾ ਫਿਰਦਾ। ਤੁਹਾਡੇ ਕੋਲ ਨਾ ਦੋ ਦਿਨ ਦਾ ਟਾਈਮ ਹੈ, ਜਾਂ ਤਾਂ ਘਰ ਵੱਖ ਕਰ ਲਓ ਨਹੀਂ ਤੇ ਫਿਰ ਮੈਂ ਚੱਲੀ ਹਾਂ ਆਪਣੇ ਪੇਕੇ। ਇੱਕ ਔਲਾਦ ਹੀ ਹੁੰਦੀ ਹੈ ਜਿਹੜੀ ਮਾਂ ਪਿਓ ਦੀ ਇੱਜ਼ਤ ਰੋੜ ਵੀ ਦਿੰਦੀ ਹੈ ਤੇ ਬਚਾ ਵੀ ਦਿੰਦੀ। ਤੇਰੇ ਭਰਾ ਨੇ ਨਾ ਮੇਰੀ ਸਾਰੀ ਇੱਜ਼ਤ ਰੋੜ ਦਿੱਤੀ।